ਪ੍ਰੋ ਪੰਜਾਬ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ, ਸਿੱਧੂ ਮੂਸੇਵਾਲਾ ਦੇ ਪਰਿਵਾਰ ਤੋਂ ਜਾਣਕਾਰੀ ਮੰਗੀ ਹੈ। ਬੱਚਾ ਜਿਹੜਾ ਪੈਦਾ ਹੋਇਆ IVF ਦੇ ਥਰੂ, ਬੱਚਾ ਪੈਦਾ ਹੋਇਆ ਔਰ ਇਹ ਬੱਚਾ ਕਿਵੇਂ ਪੈਦਾ ਹੋਇਆ ਔਰ ਕਿੱਥੋਂ IVF ਕਰਵਾਇਆ ਗਿਆ, ਇਕੱਲੀ ਇਕੱਲੀ ਚੀਜ਼ ਤੁਹਾਨੂੰ ਦੱਸਦੇ ਹਾਂ ਤਾਂ ਪੂਰੀ ਰਿਪੋਰਟ ਜਿਹੜੀ ਹੈ ਤੁਹਾਨੂੰ ਦੱਸਣ ਜਾ ਰਿਹਾ ਤਾਂ ਖਾਸ ਤੌਰ 'ਤੇ ਕਿਉਂਕਿ ਮੰਗੀ ਗਈ ਹੈ, ਇੱਕ ਚਿੱਠੀ ਭੇਜੀ ਗਈ ਹੈ ਕੇਂਦਰ ਸਰਕਾਰ ਨੇ। ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਨੇ ਇਹ ਚਿੱਠੀ ਕੱਢੀ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ। ਵੱਧ ਉਮਰ ਹੋਣ ਕਰਕੇ ਕਿੰਜ IVF ਕਰਵਾਇਆ, ਇਸ ਦੀ ਰਿਪੋਰਟ ਮੰਗੀ ਹੈ ਤਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਕੇਂਦਰ ਸਰਕਾਰ ਨੇ ਮੰਗੀ ਆ ਰਿਪੋਰਟ ਤਾਂ ਵੱਡੀ ਖਬਰ। ਐਕਸਕਲੂਸਿਵ ਕਾਪੀ ਜਿਹੜੀ ਆ ਇਸ ਚਿੱਠੀ ਦੀ ਉਹ ਤੁਹਾਡੀ ਸਕਰੀਨ 'ਤੇ ਆ। ਪ੍ਰੋ ਪੰਜਾਬ ਟੀ ਵੀ 'ਤੇ ਲਗਾਤਾਰ ਅਪਡੇਟ ਕਰ ਰਹੇ ਤੁਹਾਨੂੰ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ। ਜਿਹੜਾ ਬੱਚਾ ਪੈਦਾ ਹੋਇਆ ਪਿਛਲੇ ਦਿਨ ਉਸਦੀ ਤਸਵੀਰ ਵੀ ਦਿਖਾਉਂਦੇ ਹਾਂ ਤਾਂ ਸਿੱਧੂ ਮੂਸੇਵਾਲਾ ਦੇ ਘਰ ਛੋਟਾ ਭਰਾ ਪੈਦਾ ਹੋਇਆ ਔਰ IVF ਦੇ ਥਰੂ ਉਹਨਾਂ ਨੇ ਜਿਹੜਾ ਬੱਚਾ ਲਿਆ ਹੈ ਔਰ ਕਿਸ ਤਰੀਕੇ ਦੇ ਨਾਲ ਬੱਚਾ ਹੋਇਆ, ਕਿਉਂਕਿ ਇੱਕ ARTI ਕਾਨੂੰਨ ਬਣਿਆ ਹੋਇਆ ਇਸ ਨੂੰ ਲੈ ਕੇ ਔਰ ਉਮਰ ਤੈਅ ਕੀਤੀ ਹੋਈ ਹੈ ਕਿ 21 ਤੋਂ 50 ਸਾਲ ਦੀ ਔਰਤ ਜਿਹੜੀ ਹੈ ਉਹ IVF ਇੰਡੀਆ ਦੇ ਵਿੱਚ ਕਰਵਾ ਸਕਦੀ ਹੈ। ਤਾਂ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਵੀ ਬਿਆਨ ਦਿੱਤਾ ਸੀ। ਗਗਨਦੀਪ ਸਿੰਘ ਮੇਰੇ ਸਹਿਯੋਗੀ ਫੋਨ ਲਾਈਨ 'ਤੇ ਜੁੜੇ ਹੋਏ ਨੇ ਵੱਡੀ ਖਬਰ ਲੈ ਕੇ। ਗਗਨ, ਪੂਰਾ ਅਪਡੇਟ ਕੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਇਹ ਰਿਪੋਰਟ ਮੰਗੀ ਹੈ, ਪੰਜਾਬ ਸਰਕਾਰ ਨੂੰ ਬਕਾਇਦਾ ਤੌਰ 'ਤੇ ਚਿੱਠੀ ਲਿਖੀ ਹੈ, ਹਿੰਦੁਸਤਾਨ ਟਾਈਮਸ ਦੀ ਇੱਕ ਆਰਟੀਕਲ ਦਾ ਉਹਨਾਂ ਨੇ ਜ਼ਿਕਰ ਕੀਤਾ, ਜਿਸ ਤੋਂ ਬਾਅਦ ਉਹਨਾਂ ਨੇ ਨੋਟਿਸ ਲਿਆ ਇਸ ਦਾ ਪੂਰਾ। ਬਿਲਕੁਲ ਵਿਕਰਮ, ਸਭ ਤੋਂ ਪਹਿਲਾਂ ਤਾਂ ਜਿਹੜੀ ਚਿੱਠੀ ਹੈ ਉਸਦਾ ਜ਼ਿਕਰ ਕਰਨਾ ਚਾਹਾਂਗੇ ਔਰ ਜੋ ਕੱਲ੍ਹ ਬਲਕੌਰ ਸਿੰਘ ਉਹਨਾਂ ਦੇ ਵੱਲੋਂ ਸਵਾਲ ਖੜੇ ਕੀਤੇ ਗਏ ਸੀ, ਕਿਉਂਕਿ ਕੱਲ੍ਹ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਜਾਂਦੀ ਹੈ, 2 ਮਿੰਟ ਦੀ ਵੀਡੀਓ ਹੁੰਦੀ ਹੈ, ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਉਹਨਾਂ ਦੇ ਉੱਤੇ ਲੋਕਲ ਐਡਮਿਨਿਸਟ੍ਰੇਸ਼ਨ ਜੋ ਹੈ ਉਹ ਪ੍ਰੈਸ਼ਰ ਬਣਾ ਰਿਹਾ ਕਿ ਤੁਸੀਂ ਦਸਤਾਵੇਜ਼ ਜਿਹੜੇ ਨੇ ਉਹ ਜਿਹੜਾ ਬੱਚਾ ਜੰਮਿਆ ਉਸਦੇ ਸਾਬਤ ਕਰੋ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਤਰੀਕੇ ਨਾਲ ਬੱਚੇ ਨੂੰ ਲੀਗਲ ਤੌਰ ਦੇ ਉੱਤੇ ਦਿਖਾਉਣ ਦੀ ਉਹਨਾਂ ਦੇ ਵੱਲੋਂ ਗੱਲ ਕਹੀ ਗਈ, ਪਰ ਹੁਣ ਇਹ ਚਿੱਠੀ ਨਿਕਲ ਕੇ ਸਾਹਮਣੇ ਆਈ ਹੈ ਔਰ ਚਿੱਠੀ ਦੀ ਤਰੀਕ ਜਿਹੜੀ ਆ 14 ਮਾਰਚ ਦੀ ਹੈ, ਤਾਂ 14 ਮਾਰਚ ਦੀ ਇਹ ਤਰੀਕ ਜਿਹੜੀ ਆ ਉਹ ਇਸ ਚਿੱਠੀ ਦੇ ਵਿੱਚ ਬਣੀ ਹੋਈ ਹੈ। ਹਾਲਾਂਕਿ ਜੋ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉਹ ਐਤਵਾਰ ਦੇ ਦਿਨ ਨੂੰ ਸਾਂਝੀ ਕੀਤੀ ਗਈ ਸੀ, 17 ਤਰੀਕ ਨੂੰ ਸਾਂਝੀ ਕੀਤੀ ਗਈ ਸੀ, ਪਰ ਜਿਹੜੀ ਕੇਂਦਰ ਸਰਕਾਰ ਨੇ ਚਿੱਠੀ ਜਾਰੀ ਕੀਤੀ ਹੈ ਉਹ 14 ਤਰੀਕ ਨੂੰ 14 ਮਾਰਚ ਹੀ ਜਾਰੀ ਕੀਤੀ ਜਾਏਗੀ। ਉਸ ਤੋਂ ਪਹਿਲਾਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਹੋ ਸਕਦਾ ਹੈ ਕਿ ਬੱਚੇ ਨੂੰ ਜਿਹੜਾ ਜਨਮ ਦਿੱਤਾ ਹੋਵੇ ਮਾਤਾ ਚਰਨ ਕੌਰ ਦੇ ਵੱਲੋਂ, ਤਾਂ ਜੋ ਚਿੱਠੀ ਆ ਉਹ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਸ਼ਨ ਸੈਕਟਰੀ ਆ ਉਹ ਡਿਪਾਰਟਮੈਂਟ ਆਫ ਹੈਲਥ ਵੈਲਫੇਅਰ ਨੂੰ ਭੇਜੀ ਗਈ ਹੈ, ਪੰਜਾਬ ਸਰਕਾਰ ਨੂੰ ਭੇਜੀ ਗਈ। ਤਾਂ ਗਗਨਦੀਪ ਨਾਲੋਂ ਸੰਪਰਕ ਟੁੱਟ ਗਿਆ, ਇੱਕ ਵਾਰ ਫਿਰ ਗਗਨਦੀਪ ਹੁਣਾਂ ਨੂੰ ਫੋਨ ਲਾਈਨ 'ਤੇ ਲੈਂਦੇ, ਕਿਉਂਕਿ ਵੱਡੀ ਖਬਰ ਲਗਾਤਾਰ ਤੁਹਾਨੂੰ ਅਪਡੇਟ ਕਰ ਰਹੇ ਹਾਂ ਪ੍ਰੋ ਪੰਜਾਬ ਟੀ ਵੀ 'ਤੇ। ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ। ਗਗਨ ਨਾਲ ਸੰਪਰਕ ਟੁੱਟ ਗਿਆ ਸੀ, ਗਗਨ ਫਿਰ ਜੁੜ ਗਏ ਨੇ। ਹਾਂ ਗਗਨ, ਕੰਪਲੀਟ ਕਰਿਓ ਗੱਲ ਆਪਣੀ। ਜੀ, ਤਾਂ ਉਹਦੇ ਵਿੱਚ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਇੱਕ ਰਿਪੋਰਟ ਜਿਹੜੀ ਹੈ ਉਹ ਸੀਕ ਕੀਤੀ ਗਈ ਹੈ, ਪੁੱਛੀ ਗਈ ਹੈ ਪੰਜਾਬ ਸਰਕਾਰ ਤੋਂ ਰਿਗਾਰਡਿੰਗ IVF ਟ੍ਰੀਟ ਸ਼੍ਰੀਮਤੀ ਚਰਨ ਕੌਰ ਸਿੱਧੂ ਮੂਸੇਵਾਲਾ ਮਦਰ। ਤਾਂ ਵੀ ਜਿਹੜਾ ਉਹਨਾਂ ਨੇ ਲਿਖਿਆ ਕਿ ਅਸੀਂ ਇਹ ਜਿਹੜਾ ਉੱਪਰ ਸਬਜੈਕਟ ਮੈਂਸ਼ਨ ਕੀਤਾ ਗਿਆ ਇਹਦੇ ਵਿੱਚ ਤੁਹਾਡੇ ਤੋਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਇੱਕ ਅਸੀਂ ਖਬਰ ਪੜ੍ਹੀ ਜਿਹੜੀ ਕਿ ਹਿੰਦੁਸਤਾਨ ਟਾਈਮ ਦੇ ਵਿੱਚ ਲੱਗੀ ਹੋਈ ਸੀਗੀ 27/2/2023 ਦੇ ਵਿੱਚ, ਕਿ ਜਿਸ ਦੇ ਵਿੱਚ ਕਿਹਾ ਸੀਗਾ ਕਿ ਵੈਸੇ ਤਰੀਕ ਜਿਹੜੀ ਹੈਗੀ ਹੈ ਉਹ ਪੁਰਾਣੀ ਦੱਸੀ ਜਾ ਰਹੀ ਕਿ 27/2023 ਦੇ ਵਿੱਚ ਕਿ ਮਦਰ ਜਿਹੜੇ ਨੇ ਉਹ IVF ਦੇ ਰਾਹੀਂ ਕੀਤੀ ਗਈ ਸੀ ਕਿ 50 ਸਾਲ ਤੋਂ ਉੱਪਰ ਦੀ ਕੋਈ ਵੀ ਮਹਿਲਾ ਜਿਹੜੀ ਹੈ ਉਹ IVF ਦੇ ਰਾਹੀਂ ਬੱਚੇ ਨੂੰ ਕੰਸੀਵ ਨਹੀਂ ਕਰ ਸਕਦੇ।
ਤਾਂ ਇਸਦੇ ਚੱਲਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਤੁਸੀਂ ਜਾਣਕਾਰੀ ਮੰਗੀ ਕਿ ਤੁਸੀਂ ਇਹ ਜਾਣਕਾਰੀ ਜਿਹੜੀ ਹੈ ਸਾਨੂੰ ਦਿਓ, ਪੰਜਾਬ ਸਰਕਾਰ ਤੋਂ ਜਾਣਕਾਰੀ ਮੰਗੀ ਕਿ ਇਹ ਜਿਹੜੀ ਖ਼ਬਰ ਜਿਹੜੀ ਹੈ ਆਈ ਡੀ ਐਫ ਦੀ ਹੈ, ਇਹ ਕਿਵੇਂ ਹੋਈ ਹੈ ਔਰ ਕਿਵੇਂ ਕੰਸੀਵ ਕਰਕੇ ਜੋ ਹੈ ਉਹ ਬੱਚੇ ਨੂੰ ਜਨਮ ਦਿੱਤਾ ਗਿਆ। ਤਾਂ ਇਸੀ ਦੇ ਚੱਲਦਿਆਂ ਹੋਇਆ ਜਿਹੜੀ ਇਹ ਕਾਪੀ ਹੈ ਉਹ ਪੰਜਾਬ ਸਰਕਾਰ ਨੂੰ ਭੇਜੀ ਗਈ ਹੋਊਗੀ। ਤਾਂ ਪੰਜਾਬ ਸਰਕਾਰ ਨੇ ਜੋ ਜਾਣਕਾਰੀ ਹੈ ਉਹ ਮੂਸਾ ਦੇ ਪਿਤਾ ਜੀ ਉਹਨਾਂ ਤੋਂ ਮੰਗੀ ਹੋਣੀ ਹੈ ਕਿ ਜੋ ਸੈਂਟਰ ਦੀਆਂ ਜੋ ਇੰਸਟਰਕਸ਼ਨ ਆਈਆਂ ਨੇ, ਜੋ ਸੈਂਟਰ ਦੀ ਚਿੱਠੀ ਆਈ ਹੈ, ਤਾਂ ਉਸ ਹਿਸਾਬ ਦੇ ਨਾਲ ਜਿਹੜੀ ਜਾਣਕਾਰੀ ਉਹਨਾਂ ਤੋਂ ਮੰਗੀ ਗਈ ਹੈ। ਪਰ ਮੂਸਾ ਦੇ ਪਿਤਾ ਜੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਇਸ ਤਰੀਕੇ ਦਾ ਹਰਾਸ ਕੀਤਾ ਜਾ ਰਿਹਾ, ਮਤਲਬ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਉਹਨਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨਾਂ ਤੋਂ ਡਾਕੂਮੈਂਟਸ ਮੰਗੇ ਜਾ ਰਹੇ ਨੇ। ਹਾਲਾਂਕਿ ਇਹ ਚੀਜ਼ ਦੇਖੋ ਜੱਗ ਜ਼ਾਹਰ ਹੈ, ਇਹ ਜੇ ਆਈ ਡੀ ਐਫ ਦੇ ਨਾਲ ਉਹਨਾਂ ਨੇ ਜਨਮ ਦਿੱਤਾ ਹੈ ਤਾਂ ਅਮੂਮਨ ਦੀ ਗੱਲ ਹੈ। ਸਿੱਧੂ ਮੂਸਾ ਦੇ ਪਿਤਾ ਜੀ ਨੇ ਬੱਚੇ ਦਾ ਆਧਾਰ ਕਾਰਡ ਵੀ ਬਣਵਾਉਣਾ ਹੈ, ਸਿੱਧੂ ਮੂਸਾ ਦੇ ਪਿਤਾ ਜੀ ਨੇ ਬੱਚੇ ਦਾ ਪਾਸਪੋਰਟ ਵੀ ਬਣਵਾਉਣਾ ਹੈ, ਸਰਟੀਫਿਕੇਟ ਬਣਨਾ ਹੈ, ਬਿਲਕੁਲ ਸਭ ਕੁਝ ਬਣਨਾ ਹੀ ਹੈ। ਤਾਂ ਉਦੋਂ ਥੋੜੇ ਦਿਨਾਂ ਦੇ ਵਿੱਚ ਅਮੂਮਨ ਦੀ ਗੱਲ ਹੈ ਕਿ ਉਹ ਆਪਣੇ ਆਪ ਹੀ ਉਹਨਾਂ ਨੇ ਸਾਰੇ ਦਸਤਾਵੇਜ਼ ਜਿਹੜੇ ਜਨਤਕ ਕਰ ਦੇਣੇ ਨੇ। ਔਰ ਨਾਲ ਹੀ ਜੇ ਅਸੀਂ ਗੱਲ ਕਰੀਏ ਹਸਪੀਟਲ ਦੀ, ਤਾਂ ਹਸਪੀਟਲ ਨੂੰ ਵੀ ਤੁਰੰਤ ਜਿਹੜਾ ਹੈ ਰਿਕਾਰਡ ਸੈਂਟਰ ਦੇ ਵਿੱਚ ਭੇਜਣਾ ਹੁੰਦਾ, ਉਹਨਾਂ ਦੇ ਵੱਲੋਂ ਜੋ ਵੀ ਬੱਚੇ ਦਾ ਜਨਮ ਹੁੰਦਾ, ਜੋ ਵੀ ਤਜਵੀਜ਼ਾਂ ਹੁੰਦੀਆਂ ਨੇ ਉਹ ਵਿਦ ਇਨ ਦਾ ਡਿਊ ਕੋਰਸ ਪ੍ਰੋਸੈਸ ਜਿਹੜਾ ਹੈ, ਜਿਹੜੇ ਬੱਚੇ ਜਿਹੜੇ ਲੋਕ ਇਸ ਵਾਰ ਸੁਣ ਗਏ ਨੇ ਜਿਹਨਾਂ ਦੇ ਘਰਾਂ ਦੇ ਵਿੱਚ ਜੇ ਬੱਚੇ ਨੇ ਜਨਮ ਦਿੱਤਾ ਹੋਊਗਾ, ਉਹਨਾਂ ਨੂੰ ਪਤਾ ਹੋਊਗਾ ਕਿ ਟਾਈਮ ਪ੍ਰੋਸੈਸ ਹੁੰਦਾ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈ ਉਹ ਤੁਹਾਨੂੰ ਡਾਕੂਮੈਂਟਸ ਜਮ੍ਹਾਂ ਕਰਾਉਣੇ ਹੁੰਦੇ ਨੇ, ਮਾਤਾ ਦਾ ਨਾਮ, ਪਿਤਾ ਦਾ ਨਾਮ, ਤੁਹਾਡੇ ਆਧਾਰ ਕਾਰਡ, ਤੁਹਾਡੇ ਐਡਰੈਸ ਪ੍ਰੂਫ, ਉਹ ਸਾਰੀ ਚੀਜ਼ਾਂ ਦੇਣੀਆਂ ਹੁੰਦੀਆਂ ਨੇ। ਔਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਕਿਤੇ ਲੁਕਾਈਆਂ ਜਾ ਹੀ ਨਹੀਂ ਸਕਦੀਆਂ, ਲੋਕੀ ਹੈਰਾਨੀਜਨਕ ਗੱਲ ਇਹ ਸੀ ਕਿ ਉਹਨਾਂ ਨੂੰ ਹਰਾਸ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ, ਇਹ ਕੋਈ ਚੰਗੀ ਗੱਲ ਨਹੀਂ ਹੈ ਜੋ ਵੀ ਸਰਕਾਰ ਇਸ ਤਰੀਕੇ ਨਾਲ ਕਰ ਰਹੀ ਹੈ। ਬਹੁਤ ਕਿਉਂਕਿ ਇੱਕ ਤਾਂ ਪਹਿਲਾਂ ਉਹਨਾਂ ਦਾ ਪੁੱਤ ਜਿਹੜਾ ਪੂਰੀ ਦੁਨੀਆ ਦੇ ਵਿੱਚ ਗਗਨ ਛਾਇਆ ਹੋਵੇ, ਲੋਕਾਂ ਦੇ ਪਰਸਨਲ ਇਮੋਸ਼ਨਸ ਵੀ ਜੁੜੇ ਹੋਏ ਆ ਉਸ ਚੀਜ਼ ਦੇ ਨਾਲ, ਵੀ ਇੰਨਾ ਜਿਹੜਾ ਬੰਦੇ ਦਾ ਨਾਂ ਹੋਵੇ ਉਹਨੂੰ ਬੁਰੇ ਤਰੀਕੇ ਦੇ ਨਾਲ ਮਾਰ ਦਿੱਤਾ ਹੋਵੇ, ਇਨਸਾਫ ਲਈ ਪਿਓ ਵਿਚਾਰਾ ਧੱਕੇ ਖਾਂਦਾ ਫਿਰਦਾ ਹੋਵੇ, ਔਰ ਉਸ ਤੋਂ ਬਾਅਦ ਫਿਰ ਜਦੋਂ ਇਸ ਤਰ੍ਹਾਂ ਦੀ ਗੱਲ ਨਵਾਂ ਬੱਚਾ ਘਰੇ ਪੈਦਾ ਹੋਇਆ, ਉਹਨਾਂ ਨੇ ਇਹੀ ਕਿਹਾ ਕਿ ਵੀ ਮੇਰੀ ਖੁਸ਼ੀ ਨਹੀਂ ਜਰੀ ਜਾ ਰਹੀ। ਤਾਂ ਹੁਣ ਇਹ ਜਿਹੜਾ ਲੈਟਰ ਨਿਕਲ ਕੇ ਸਾਹਮਣੇ ਆਇਆ ਤਾਂ ਕੀ ਇਹ ਰਿਪੋਰਟ ਜਿਹੜੀ ਆ, ਕਿਉਂਕਿ ਬੱਚੇ ਦਾ ਜਿਹੜਾ ਬਰਥ ਹੋਇਆ ਉਸ ਤੋਂ ਪਹਿਲਾਂ ਦੀ ਰਿਪੋਰਟ ਆ ਇਹ, ਉਸ ਤੋਂ ਪਹਿਲਾਂ ਹੀ ਚਿੱਠੀ ਕੱਢ ਦਿੱਤੀ ਗਈ ਸੀਗੀ ਇਹ, ਯਾਨੀ ਕਿ ਹਿੰਦੁਸਤਾਨ ਟਾਈਮਸ ਦੀ ਜਿਹੜੀ ਖ਼ਬਰ ਸੀਗੀ, ਖ਼ਬਰ ਤੋਂ ਬਾਅਦ ਖ਼ਬਰ ਦੇ ਹਵਾਲੇ ਨਾਲ ਉਹਨਾਂ ਨੇ ਚਿੱਠੀ ਕੱਢੀ ਹੈ ਪੰਜਾਬ ਸਰਕਾਰ ਨੂੰ। ਬਿਲਕੁਲ ਬਿਲਕੁਲ, ਤਾਂ ਵਿਕਰਮ ਉਹੀ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਜਿਸ ਤਰੀਕੇ ਦੇ ਨਾਲ ਇੱਕ ਚਿੱਠੀ ਕੇਂਦਰ ਸਰਕਾਰ ਦੇ ਵੱਲੋਂ ਭੇਜੀ ਜਾਂਦੀ ਹੈ ਔਰ ਉਹਨਾਂ ਦੇ ਵੱਲੋਂ ਇਹ ਪੁੱਛਿਆ ਜਾਂਦਾ ਹੈ, ਇਹ ਆ ਕਿ ਐਕਟ 2000 ਜੇ ਆਪਾਂ 21 ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ 2021 ਕੀ ਕਹਿੰਦਾ, ਉਹਦੇ ਵਿੱਚ ਇਹ ਐਕਟ ਦੇ ਵਿੱਚ ਪਾਸ ਕੀਤਾ ਗਿਆ ਸੀ ਕਿ ਤੁਸੀਂ ਜਿਹੜੀ ਏਜ ਲਿਮਿਟ ਹੈ ਉਹ 50 ਸਾਲ ਦੀ ਹੋਣੀ ਚਾਹੀਦੀ ਹੈ, 50 ਸਾਲ ਤੋਂ ਵੱਧ ਦੀ ਉਮਰ ਦੇ ਜਿਹੜੇ ਲੇਡੀਜ਼ ਨੇ, ਫੀਮੇਲਸ ਨੇ, ਉਹ ਕੰਸੀਵ ਨਹੀਂ ਕਰ ਸਕਦੇ। ਤਾਂ ਹੁਣ ਦੇਖੋ ਸਿੱਧੂ ਮੂਸੇ ਦੇ ਮਾਤਾ ਪਿਤਾ ਜੀ ਉਹਨਾਂ ਨੇ ਜੇ ਇੰਨਾ ਇਹ ਸਟੈਪ ਚੁੱਕਿਆ ਤਾਂ ਉਹਨਾਂ ਨੂੰ ਇਹ ਲੀਗੈਲਿਟੀਜ਼ ਵੀ ਪਤਾ ਹੋਣਗੀਆਂ। ਉਹਨਾਂ ਨੇ ਸਿੱਧੂ ਮੂਸੇ ਦੇ ਪਿਤਾ ਜੀ, ਜੇਕਰ ਆਪਾਂ ਗੱਲ ਕਰੀਏ ਤਾਂ ਕੱਲ ਉਹਨਾਂ ਨੇ ਬਿਆਨ ਕੀਤੀ ਕਿ ਮੈਂ ਸਾਬਕਾ ਫੌਜੀ ਰਿਹਾ ਔਰ ਮੈਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਹਰ ਇੱਕ ਕੰਮ ਕਰਦਾ ਹਾਂ ਔਰ ਮੈਂ ਕਾਨੂੰਨ ਦੇ ਹਿਸਾਬ ਦੇ ਨਾਲ ਹੀ ਹਰ ਚੀਜ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਤੇ ਜੋ ਜਾਣਕਾਰੀ ਸਾਡੇ ਕੋਲ ਹੈ, ਜੋ ਸੋਰਸ ਸਾਨੂੰ ਜਾਣਕਾਰੀ ਦੇ ਰਹੇ ਨੇ, ਉਹ ਇਹ ਕਹਿ ਰਹੇ ਨੇ ਕਿ ਇੰਡੀਆ ਦੇ ਵਿੱਚ ਜ਼ਰੂਰ ਭਾਵੇਂ ਚੀਜ਼ ਨਹੀਂ ਹੈ ਕਿ ਆਈ ਡੀ ਐਫ ਜਿਹੜੀ ਹੈਗੀ ਆ ਉਹ 50 ਸਾਲ ਤੋਂ ਵੱਧ ਦੀ ਉਮਰ ਦੇ ਮਹਿਲਾ ਕਰਵਾ ਸਕਣ, ਪਰ ਜੇ ਅਸੀਂ ਬਾਹਰਲੇ ਕੰਟਰੀਜ਼ ਦੀ ਗੱਲ ਕਰ ਲਈਏ, ਅਬਰੋਡ ਦੀ ਗੱਲ ਕਰ ਲਈਏ, ਤਾਂ ਉੱਥੇ ਏਜ ਬਾਰ ਸ਼ਾਇਦ ਨਹੀਂ ਹੈ। ਤਾਂ ਉਸੇ ਤਰੀਕੇ ਦੇ ਨਾਲ ਸਿੱਧੂ ਮੂਸੇ ਦੇ ਮਾਤਾ ਪਿਤਾ ਜੀ ਨੇ, ਹੋ ਸਕਦਾ ਕਿ ਬਾਹਰੋਂ ਤੁਹਾਡੇ ਲਈ ਅਦਰ ਹੋ ਗਏ ਬਾਹਰੋਂ। ਦੇਖੋ ਸਾਡੀ ਵੀ ਜਾਣਕਾਰੀ ਗਗਨ ਇਹੀ ਹੈ ਕਿ ਬਾਹਰੋਂ ਆਈ ਵੀ ਐਫ ਕਰਵਾਇਆ ਗਿਆ, ਇਹ ਦੱਸਿਆ ਜਾ ਰਿਹਾ ਕਿ ਆਈ ਵੀ ਐਫ ਜਿਹੜਾ ਇਹ ਬਾਹਰੋਂ ਹੀ ਕਰਵਾਇਆ ਗਿਆ ਔਰ ਪੂਰਾ
ਲੀਗਲੀ ਤੌਰ 'ਤੇ, ਕਿਉਂਕਿ ਲੀਗਲੀ ਤੌਰ 'ਤੇ ਬਹੁਤ ਸਾਊਂਡ ਨੇ ਹੁਣ ਸਿੱਧੂ ਦੇ ਫਾਦਰ ਸਾਹਿਬ, ਕਿਉਂਕਿ ਉਹਨਾਂ ਨੇ ਕਿਹਾ ਵੀ ਕਿ ਮੈਂ ਸਾਬਕਾ ਫੌਜੀ ਹਾਂ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਮੈਂ ਸਾਰੇ ਕੰਮ ਕਰਨੇ ਆ। ਇਹ ਗੱਲ ਕਹੀ ਹੈ ਉਹਨਾਂ ਨੇ ਕੱਲ੍ਹ ਵੀ ਕਿ ਮੈਂ ਸਾਬਕਾ ਫੌਜੀ ਹਾਂ, ਮੈਂ ਇਕੱਲੀ ਇਕੱਲੀ ਚੀਜ਼ ਜਾਣਦਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕਰਨਾ। ਗਗਨ ਦਾ ਨੈਟਵਰਕ ਸ਼ਾਇਦ ਬਹੁਤ ਡਾਊਨ ਆ, ਦੁਬਾਰਾ ਗਗਨ ਕਨੈਕਟ ਕੀਤੇ ਆ ਮੇਰੇ ਨਾਲ। ਔਰ ਗਗਨ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ, ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਕੱਲ੍ਹ ਸਰਦਾਰ ਬਲਕੌਰ ਸਿੰਘ ਸਿੱਧੂ ਹੋਣਾ ਨੇ ਕਿ ਮੈਂ ਸਾਬਕਾ ਫੌਜੀ ਹਾਂ ਔਰ ਮੈਂ ਇਕੱਲੇ ਇਕੱਲੇ ਸਬੂਤ ਦੇਊਂਗਾ। ਪਰ ਘੱਟੋ ਘੱਟ ਇਹ ਚੀਜ਼ਾਂ ਤਾਂ ਦੇਖ ਲੈਣੀਆਂ ਚਾਹੀਦੀਆਂ, ਜਾਂ ਫਿਰ ਇੱਕ ਜਿਹੜਾ ਪ੍ਰੋਸੈਸ ਦੇ ਹਿਸਾਬ ਦੇ ਨਾਲ ਹੀ ਸੈਂਟਰਲ ਗਵਰਨਮੈਂਟ ਨੇ ਜਾਂ ਡਿਪਾਰਟਮੈਂਟ ਨੇ ਇਹ ਜਾਣਕਾਰੀ ਮੰਗੀ ਹੈ। ਬਿਲਕੁਲ, ਦੇਖੋ ਡੇਟਸ ਬਹੁਤ ਜ਼ਿਆਦਾ ਮੈਟਰ ਕਰ ਰਹੀਆਂ ਨੇ, ਕਿਉਂਕਿ 14 ਤਰੀਕ ਦੀ ਇਹ ਚਿੱਠੀ ਹੈ, ਹਾਲਾਂਕਿ ਅਨਾਊਂਸਮੈਂਟ ਜਿਹੜੀ ਹੈ ਪਰਿਵਾਰ ਦੇ ਵੱਲੋਂ 17 ਤਰੀਕ ਦੀ ਕੀਤੀ ਜਾਂਦੀ ਹੈ। ਉਹਨਾਂ ਦੇ ਵੱਲੋਂ ਜੋ ਹਵਾਲਾ ਮੰਗਿਆ ਗਿਆ ਉਹ 27/2/2024 ਦੀ ਆਰਟੀਕਲ ਦਾ ਮੰਗਿਆ ਗਿਆ, 23 ਦੀ ਆਰਟੀਕਲ ਦਾ ਮੰਗਿਆ ਗਿਆ। ਤਾਂ 27/2/2023 ਦਾ ਆਰਟੀਕਲ ਹਿੰਦੁਸਤਾਨ ਟਾਈਮਸ ਅਖਬਾਰ ਦੇ ਵਿੱਚ ਕਿਹੜਾ ਪਬਲਿਸ਼ ਹੋਇਆ ਹੋਊਗਾ, ਜਿਸ ਦੇ ਤਹਿਤ ਜਿਹੜਾ ਹੈ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਮੰਗੀ ਗਈ, ਔਰ ਸਮਾਂ ਜਿਹੜਾ ਹੈ ਉਹ ਬਹੁਤ ਜਿਹੜਾ ਹੈ ਉਹ ਸਵਾਲ ਖੜੇ ਕਰਦਾ ਹੈ। ਤਾਂ ਸੈਂਟਰ ਗਵਰਨਮੈਂਟ ਨੇ ਅਜਿਹਾ ਕਿਉਂ ਜਿਹੜਾ ਹੈ ਲੈਟਰ ਭੇਜਿਆ ਪੰਜਾਬ ਸਰਕਾਰ ਨੂੰ ਔਰ ਇਹ ਜਾਣਕਾਰੀ ਕਿਉਂ ਮੰਗੀ ਹੈ, ਇਹ ਆਪਣੇ ਆਪ ਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਡੀ ਗੱਲ ਹੈ, ਇੱਕ ਸਵਾਲ ਖੜਾ ਕਰਦਾ ਹੈ। ਪਰ ਜਿਸ ਤਰੀਕੇ ਨਾਲ, ਹਾਲਾਂਕਿ ਆਪਾਂ ਤਾਂ ਇਹੀ ਵਿਕਰਮ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਪਰਿਵਾਰ ਇੱਕ ਆਲਰੇਡੀ ਬਹੁਤ ਜ਼ਿਆਦਾ ਸਦਮੇ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ, ਉਹਨਾਂ ਦੇ ਘਰ ਦੇ ਵਿੱਚ ਮਸਾਂ ਖੁਸ਼ੀਆਂ ਆਈਆਂ ਨੇ। ਤਾਂ ਇਸ ਚੀਜ਼ ਦਾ ਜਿਹੜਾ ਹੈ ਉਹ ਤਮਾਮ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ। ਔਰ ਜਿਹੜੇ ਇਸ ਵੇਲੇ ਸਵਾਲ ਖੜੇ ਹੋ ਰਹੇ ਸੀ ਕਿ ਹਰਾਸਮੈਂਟ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਮੁਸਲ ਦੇ ਪਿਤਾ ਨੂੰ, ਤਾਂ ਉਸਦਾ ਮੈਨੂੰ ਲੱਗਦਾ ਹੈ ਕਿ ਕਲੈਰੀਫਿਕੇਸ਼ਨ ਇਹ ਵੀ ਆਈ ਹੋਊਗੀ ਕਿ ਜਿਹੜੀ ਇਹ ਹਰਾਸਮੈਂਟ ਹੈ ਇਹ ਇੱਕ ਤਰੀਕੇ ਦੇ ਨਾਲ ਜੋ ਲੈਟਰ ਹੈ ਉਹ ਕੇਂਦਰ ਸਰਕਾਰ ਦੇ ਵੱਲੋਂ ਜਾਰੀ ਕੀਤੀ ਗਈ ਹੈ, ਕੇਂਦਰ ਸਰਕਾਰ ਨੇ ਜਾਣਕਾਰੀ ਮੰਗੀ ਹੈ। ਤਾਂ 14 ਤਰੀਕ ਨੂੰ ਇਹ ਜਾਣਕਾਰੀ ਮੰਗੀ ਗਈ ਸੀ ਔਰ ਅੱਜ ਜੇ ਆਪਾਂ ਗੱਲ ਕਰ ਲਈਏ ਤਾਂ ਅੱਜ 20 ਤਰੀਕ ਹੋ ਚੁੱਕੀ ਹੈ। ਤਾਂ ਲਗਭਗ ਜਿਹੜੇ ਨੇ ਉਹ 6 ਦਿਨਾਂ ਬਾਅਦ ਇਹ ਜਾਣਕਾਰੀ ਹੈ, ਕਹਿ ਲਓ ਕਿ 5 ਦਿਨਾਂ ਬਾਅਦ ਜਿਹੜੀ ਜਾਣਕਾਰੀ ਹੈ ਉਹ ਪਿਤਾ ਜੀ ਉਹਨਾਂ ਤੋਂ ਮੰਗੀ ਗਈ ਹੋਊਗੀ। ਤਾਂ ਹੋ ਸਕਦਾ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਧੂ ਮੂਸੇ ਦੇ ਪਿਤਾ ਜੀ ਜਿਹੜੇ ਨੇ ਡਾਕੂਮੈਂਟ ਸਾਰੇ ਉਹ ਜਿਹੜੇ ਸਰਕਾਰ ਨੂੰ ਦਿਖਾ ਵੀ ਦੇਣ, ਪੇਸ਼ ਵੀ ਕਰ ਦੇਣ। ਔਰ ਜਿਵੇਂ ਆਪਾਂ ਜ਼ਿਕਰ ਵੀ ਕਰ ਰਹੇ ਸੀ ਕਿਉਂਕਿ ਇੰਡੀਆ ਦੇ ਵਿੱਚ ਲੋਕੀ ਬਾਹਰੋਂ ਟ੍ਰੀਟਮੈਂਟ ਕਰਾਉਣ ਵਾਸਤੇ ਆ ਜਾਂਦੇ ਨੇ, ਤਾਂ ਇੱਥੋਂ ਵੀ ਲੋਕ ਬਾਹਰ ਜਾ ਕੇ ਟ੍ਰੀਟਮੈਂਟ ਕਰਵਾਉਂਦੇ ਨੇ। ਮੌਜੂਦਾ ਜੇ ਅਸੀਂ ਰਾਜ ਸਭਾ ਸਾਂਸਦ ਦੀ ਗੱਲ ਕਰਨੀ, ਰਾਘਵ ਚੱਡਾ ਦੀ, ਤਾਂ ਉਹਨਾਂ ਦੇ ਅੱਖ ਦਾ ਆਪਰੇਸ਼ਨ ਕਰਵਾਉਣ ਉਹ ਯੂਕੇ ਦੇ ਵਿੱਚ ਗਏ ਹੋਏ ਨੇ। ਕੈਪਟਨ ਅਮਰਿੰਦਰ ਸਿੰਘ ਵੀ ਸਪਾਈਨ ਦਾ ਕਰਾ ਕੇ ਆਏ ਸੀ, ਬਹੁਤ ਸਾਰੇ ਲੋਕ ਜਾਂਦੇ ਆ। ਬਿਲਕੁਲ, ਬਹੁਤ ਸਾਰੇ ਲੋਕ, ਬਹੁਤ ਸਾਰੇ ਪੋਲੀਟੀਸ਼ੀਅਨਸ, ਬਹੁਤ ਸਾਰੇ ਸੈਲੀਬ੍ਰਿਟੀਜ਼, ਜਿਹੜਾ ਵੀ ਵਿਅਕਤੀ ਜਿਸ ਨੂੰ ਲੱਗਦਾ ਕਿ ਸਾਡਾ ਟ੍ਰੀਟਮੈਂਟ ਉਸ ਥਾਂ ਤੋਂ ਵਧੀਆ ਹੋ ਸਕਦਾ, ਤਾਂ ਉਸ ਥਾਂ ਤੋਂ ਉਹ ਆਪਣਾ ਟ੍ਰੀਟਮੈਂਟ ਜਿਹੜਾ ਉਹ ਕਰਵਾਉਂਦੇ ਨੇ। ਤਾਂ ਉਸੇ ਤਰੀਕੇ ਨਾਲ ਜਿਵੇਂ ਸਿੱਧੂ ਮੂਸੇ ਦੇ ਮਾਤਾ ਜੀ ਔਰ ਪਿਤਾ ਜੀ ਉਹਨਾਂ ਦੇ ਸੋਚਿਆ ਹੋਊਗਾ ਕਿ ਕਿਉਂਕਿ ਜ਼ਿੰਦਗੀ ਜਿਉਣ ਦਾ ਇੱਕ ਸਹਾਰਾ ਬੱਚੇ ਹੀ ਹੁੰਦੇ ਨੇ, ਔਰ ਜਦੋਂ ਬੱਚੇ ਜ਼ਿੰਦਗੀ ਦੇ ਵਿੱਚ ਨਾ ਰਹਿਣ ਤਾਂ ਉਹ ਜ਼ਿੰਦਗੀ ਉਹਨਾਂ ਦੀ ਬਿਲਕੁਲ ਖਤਮ ਹੋ ਜਾਂਦੀ ਹੈ। ਤਾਂ ਮੂਸੇ ਦੇ ਮੌਤ ਤੋਂ ਬਾਅਦ ਇੱਕ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਖਤਮ ਹੋ ਚੁੱਕੀ ਸੀ, ਪਰ ਇੱਕ ਤਰੀਕੇ ਨਾਲ ਉਹਨਾਂ ਨੂੰ ਦੁਬਾਰਾ ਨਵੀਂ ਆਸ ਦੀ ਉਮੀਦ ਜਾਗੀ। ਜਦੋਂ ਕਿਸੇ ਨੇ ਕਿਹਾ ਹੋਊਗਾ ਕਿ ਬਾਹਰ ਦੀ ਕੰਟਰੀ ਦੇ ਵਿੱਚ ਤੁਸੀਂ ਇਸ ਤਰੀਕੇ ਨਾਲ ਇਸ ਏਜ ਦੇ ਵਿੱਚ ਵੀ IVF ਦੇ ਰਾਹੀਂ ਬੱਚੇ ਨੂੰ ਕਨਸੀਵ ਕਰ ਸਕਦੇ ਹੋ, ਤੁਸੀਂ ਜਨਮ ਦੇ ਸਕਦੇ ਹੋ, ਤਾਂ ਉਹਨਾਂ ਦੇ ਅੰਦਰ ਇੱਕ ਆਸ ਦੀ ਕਿਰਨ ਜਾਗੀ ਹੋਊਗੀ। ਤਾਂ ਉਸੇ ਤਰੀਕੇ ਨਾਲ ਉਹਨਾਂ ਨੇ ਟ੍ਰੀਟਮੈਂਟ ਕਰਵਾਇਆ, ਔਰ ਮੂਮੈਂਟ ਜੀ ਗੱਲ ਹੈ ਜਿਹੜੇ ਵੀ ਕੰਟਰੀ ਦੇ ਵਿੱਚ ਟ੍ਰੀਟਮੈਂਟ ਹੋਇਆ ਹੋਊਗਾ, ਜਿੱਥੇ ਵੀ ਇਹ ਕਨਸੀਵ ਹੋਇਆ ਹੋਊਗਾ, ਉੱਥੇ ਦੇ ਪ੍ਰੋਪਰ ਡਾਕੂਮੈਂਟਸ ਉਹਨਾਂ ਦੇ ਕੋਲ ਹੋਣਗੇ, ਔਰ ਬਹੁਤ ਜਲਦੀ ਮੂਸਾ ਦੇ ਪਿਤਾ ਜੀ ਜਿਹੜੇ ਨੇ ਉਹ ਇਹ ਡਾਕੂਮੈਂਟਸ ਜਨਤਕ ਵੀ ਕਰਨਗੇ ਔਰ ਉਹਨਾਂ ਦੇ ਵੱਲੋਂ ਸਰਕਾਰ ਦੇ ਸਾਹਮਣੇ ਇਹ ਰੱਖੇ ਜਾਣਗੇ, ਔਰ ਸਰਕਾਰ ਅੱਗੇ ਫਿਰ ਕੇਂਦਰ ਦੀ ਸਰਕਾਰ ਨੂੰ ਭੇਜੇਗੀ ਡਾਕੂਮੈਂਟ, ਜਿਹੜੀ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਡਾਕੂਮੈਂਟਸ ਦੀ ਜਾਣਕਾਰੀ ਜਿਹੜੀ ਹੈ ਉਹ ਪੰਜਾਬ ਸਰਕਾਰ ਤੋਂ ਮੰਗੀ ਗਈ ਹੈ। ਪਰ
ਇਨ ਬਿਟਵੀਨ ਜਿਹੜੀਆਂ ਦੋ ਚੀਜ਼ਾਂ ਹੋਈਆਂ, ਕਿਉਂਕਿ ਮੂਸਾ ਦੇ ਪਿਤਾ ਜੀ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਕਿ ਉਹਨਾਂ ਨੂੰ ਹਰਾਸ ਕੀਤਾ ਜਾ ਰਿਹਾ ਹੈ, ਡਾਕੂਮੈਂਟਸ ਮੰਗੇ ਜਾ ਰਹੇ ਨੇ। ਅਮੂਮਨ ਜੀ ਗੱਲ ਹੈ, ਜਦੋਂ ਕਿਸੇ ਘਰ ਦੇ ਵਿੱਚ ਬੱਚਾ ਹੁੰਦਾ ਹੈ ਔਰ ਅਜਿਹੇ ਇੱਕ ਸਦਮੇ ਤੋਂ ਬਾਅਦ ਅਜਿਹੀ ਖੁਸ਼ੀ ਆਈ ਹੁੰਦੀ ਹੈ, ਅਜਿਹਾ ਗੱਲ ਹੁੰਦੀ ਹੈ, ਤਾਂ ਉਹਨਾਂ ਨੂੰ ਲੱਗਿਆ ਹੋਊਗਾ ਕਿ ਇਹ ਕਿਤੇ ਜਾਣ ਕੇ ਨਾ ਹੋ ਰਿਹਾ ਹੋਵੇ, ਕਿਉਂਕਿ ਇੱਕ ਨੈਰੇਟਿਵ ਅਜਿਹਾ ਬਣਿਆ ਹੁੰਦਾ, ਇੱਕ ਮਾਹੌਲ, ਇੱਕ ਐਟਮੋਸਫੇਅਰ ਇਹੋ ਜਿਹਾ ਸਿਰਜਿਆ ਹੁੰਦਾ, ਤਾਂ ਉਹਨਾਂ ਨੂੰ ਇਹ ਚੀਜ਼ ਜਾਪੀ ਹੋਊਗੀ ਜਿਸਦਾ ਉਹਨਾਂ ਨੇ ਕੱਲ ਵੀਡੀਓ ਪਾ ਕੇ ਆਪਣਾ ਦੁੱਖ ਵੀ ਜ਼ਾਹਰ ਕੀਤਾ। ਪਰ ਉਸਦੇ ਵਿੱਚ ਹੁਣ ਆਪਾਂ ਇਹ ਕਹਾਂਗੇ ਕਿ ਅਪਡੇਟ ਵੀ ਹੈ ਬਤੌਰ ਪੱਤਰਕਾਰ, ਕਿਉਂਕਿ ਅਸੀਂ ਜੇ ਖਬਰਾਂ ਨੂੰ ਦਿਖਾ ਰਹੇ ਹਾਂ ਜੋ ਕੱਲ ਵਾਲੀ ਖਬਰ ਦਿਖਾਈ ਹੈ, ਤਾਂ ਉਸਦੇ ਨਾਲ ਨਾਲ ਇਹਦਾ ਵੀ ਜਿਹੜਾ ਅਪਡੇਟ ਹੈ ਉਹ ਵੀ ਦੱਸਣਾ ਲੋਕਾਂ ਤੱਕ ਬਹੁਤ ਅਹਿਮ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਹੀ ਜਿਹੜੀ ਜਾਣਕਾਰੀ ਹੈ ਉਹ ਮੰਗੀ ਗਈ ਸੀ। ਵਿਕਰਮ ਜੀ, ਕੇਂਦਰ ਸਰਕਾਰ ਨੇ ਜਾਣਕਾਰੀ ਮੰਗੀ ਹੈ ਗਗਨ, ਸਵਾਲ ਇਸੇ ਚੀਜ਼ ਤੇ, ਸਵਾਲ ਟਾਈਮਿੰਗ ਤੇ ਖੜੇ ਹੋ ਰਹੇ ਆ ਕਿ ਭਾਈ ਇਹ ਜਿਹੜੀ ਚਿੱਠੀ ਹੈ, ਕਿਉਂਕਿ ਹੁਣ ਚਿੱਠੀ ਵੀ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਹ ਡਿਲੀਵਰੀ ਤੋਂ 3 ਦਿਨ ਕਹਿੰਦੇ ਪਹਿਲਾਂ ਹੀ ਆ ਗਈ ਸੀ, ਔਰ ਹਵਾਲਾ ਉਹਨਾਂ ਨੇ ਹਿੰਦੁਸਤਾਨ ਟਾਈਮਸ ਦਾ ਦਿੱਤਾ, ਜਿਹੜਾ ਉਹਨੂੰ ਉਹਦੇ ਵਿੱਚ ਆਰਟੀਕਲ ਸੀ, ਮੈਂ ਲੱਭਣ ਦੀ ਕੋਸ਼ਿਸ਼ ਵੀ ਕਰ ਵੀ ਰਿਹਾ ਸੀ, ਖੈਰ ਲੱਭਿਆ ਨਹੀਂ ਅਜੇ, ਪਰ ਉਹ ਵੀ ਲੱਭਾਂਗੇ, ਆਰਟੀਕਲ 'ਚ ਲਿਖਿਆ ਕੀ ਸੀ ਉਹ 'ਤੇ ਵੀ ਪੜਤਾਲ ਕਰਾਂਗੇ। ਪਰ ਗਗਨ ਇੱਕ ਚੀਜ਼ ਇਹ ਵੀ ਹੈ ਕਿ ਜਦੋਂ ਪਤਾ ਹੋਵੇ, ਕਿਉਂਕਿ ਭਾਵੇਂ ਕੋਈ ਅਫਸਰ ਹੈ ਜਾਂ ਜੋ ਵੀ ਸਿਸਟਮ ਹੈ, ਉਹਨਾਂ ਦੇ ਵਿੱਚ ਸਿਸਟਮ ਦੇ ਵਿੱਚ ਹੁੰਦੇ ਤਾਂ ਬੰਦੇ ਹੀ ਨੇ, ਕਿਉਂਕਿ ਸਿੱਧੂ ਮੂਸੇਵਾਲਾ ਦਾ ਜ਼ਿਕਰ ਇਹਨਾਂ ਨੇ ਇਸ ਚਿੱਠੀ ਦੇ ਵਿੱਚ ਵੀ ਕੀਤਾ ਕਿ ਦੈਟ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਮਦਰ ਸ਼੍ਰੀਮਤੀ ਚਰਨ ਕੌਰ ਚਰਨ ਸਿੰਘ ਲਿਖਿਆ, ਖੈਰ ਇਹਨਾਂ ਨੇ, ਪਰ ਚਰਨ ਕੌਰ ਵੈਂਟ ਟੂ IVF ਟ੍ਰੀਟਮੈਂਟ, ਔਰ ਉਹਨਾਂ ਨੇ ਜਿਹੜਾ ਕਨਸੀਵ ਕਰਨ ਬਾਰੇ ਪੂਰੀ ਡਿਟੇਲ ਉਹਨਾਂ ਨੇ ਲਿਖੀ ਹੈ। ਪਰ ਘੱਟੋ ਘੱਟ ਇੰਨਾ ਤਾਂ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਬੰਦਿਆਂ ਦੇ ਇਮੋਸ਼ਨ ਜਿਹੜੇ ਆ ਉਹ ਕਿਸ ਤਰੀਕੇ ਦੇ ਨਾਲ ਹੁੰਦੇ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਸਿਸਟਮ ਹੈ, ਸ਼ਾਇਦ ਸਿਸਟਮ ਦੇ ਵਿੱਚ ਮੈਨੂੰ ਲੱਗਦਾ ਇਮੋਸ਼ਨ ਨਾਂ ਦੀ ਕੋਈ ਚੀਜ਼ ਹੁੰਦੀ ਨਹੀਂ ਗੀ ਗਗਨ, ਕਿਉਂਕਿ ਸਿੱਧੂ ਮੂਸੇਵਾਲਾ ਦਾ ਤਾਂ ਜ਼ਿਕਰ ਕੀਤਾ, ਜਿਹੜੇ ਅਫਸਰ ਨੇ ਵੀ ਚਿੱਠੀ ਖੈਰ ਲਿਖੀ ਹੋਊਗੀ, ਹਾਲਾਂਕਿ ਉਹਨਾਂ ਦਾ ਰਾਈਟ ਹੈ ਇਸ ਚੀਜ਼ ਨੂੰ ਜਾਣਨਾ, ਪਰ ਅਸੀਂ ਇਹ ਵੀ ਕਹਿੰਦੇ ਕਿ ਇਹ ਵੀ ਦੇਖਣਾ ਚਾਹੀਦਾ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਬਰੂਟਲੀ ਉਸਦਾ ਮਰਡਰ ਹੋਇਆ ਸੀ, ਉਹਨਾਂ ਦੇ ਘਰ ਖੁਸ਼ੀ ਆਈ ਹੈ ਤਾਂ 4 ਦਿਨ ਠਹਿਰ ਕੇ ਵੀ ਇਹ ਰਿਪੋਰਟ ਮੰਗੀ ਜਾ ਸਕਦੀ, ਕੀ ਪੋਸੀਬਿਲਟੀ ਹੈਗੀ ਸੀ ਇਸ ਚੀਜ਼ ਦੀ ਵੀ 4 ਦਿਨ ਰੁਕ ਕੇ, ਜਾਂ ਜਦੋਂ ਉਹ ਕੋਈ ਬਰਥ ਸਰਟੀਫਿਕੇਟ ਬਣਵਾਉਂਦੇ ਗਗਨ, ਔਰ ਜਾਂ ਫਿਰ ਕੋਈ ਆਧਾਰ ਕਾਰਡ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਬਣਾਉਣਾ ਸੀ, ਪਾਸਪੋਰਟ ਬਣਵਾਉਣਾ ਹੋਊਗਾ, ਕਿਉਂਕਿ ਇੱਥੇ ਵੀ ਥ੍ਰੈਟ ਵੀ ਹੋਣਗੇ ਉਹਨਾਂ ਨੂੰ, ਤਾਂ ਜ਼ਾਹਿਰ ਜੀ ਗੱਲ ਆ ਕਿ ਜੇ ਇੱਥੇ ਰੱਖਣਗੇ ਆਪਣੇ ਬੱਚੇ ਨੂੰ ਜਾਂ ਕਿੱਥੇ ਰੱਖਣਗੇ, ਕਿਉਂਕਿ ਸੇਫ ਤਾਂ ਕਰਨਾ ਹੀ ਹੈ ਨਾ ਉਹਨਾਂ ਨੇ ਗੁੰਡਿਆਂ ਬਦਮਾਸ਼ਾਂ ਤੋਂ ਫਰੌਤੀਆਂ ਵਾਲਿਆਂ ਤੋਂ। ਬਿਲਕੁਲ, ਦੇਖੋ ਵਿਕਰਮ, ਅਮੂਮਨ ਜੀ ਗੱਲ ਹੈ, ਕਿਉਂਕਿ ਟਾਈਮਿੰਗ ਹੀ ਸਭ ਤੋਂ ਵੱਡੀ ਗੱਲ ਹੈ, ਔਰ ਟਾਈਮਿੰਗ ਦੇ ਉੱਤੇ ਹੀ ਸਵਾਲ ਖੜੇ ਹੋ ਰਹੇ ਨੇ, ਔਰ ਟਾਈਮਿੰਗ ਦੇ ਉੱਤੇ ਹੀ ਮੂਸੇਵਾਲਾ ਦੇ ਪਿਤਾ ਜੀ ਦੇ ਵੱਲੋਂ ਜਿਹੜੀ ਹੈ ਉਹ ਗੱਲ ਆਖੀ ਗਈ ਸੀ, ਤਾਂ ਹੁਣ ਟਾਈਮਿੰਗ ਨੂੰ ਲੈ ਕੇ ਹੀ ਜਿਹੜੀਆਂ ਚੀਜ਼ਾਂ ਨੇ ਉਹ ਜਿਸ ਤਰੀਕੇ ਦੇ ਨਾਲ ਸਵਾਲ ਖੜੇ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ, ਤਾਂ ਉਸਦੇ ਉੱਤੇ ਹੀ ਮੂਸੇਵਾਲਾ ਦੇ ਪਿਤਾ ਜੀ ਨੇ ਵੀ ਕੱਲ ਇਹ ਸਵਾਲ ਚੁੱਕਿਆ, ਤਾਂ ਸਰਕਾਰ ਦੀ ਜਿਹੜੀ ਕੇਂਦਰ ਦੀ ਚਿੱਠੀ ਆ ਉਹ ਵੀ ਹੁਣ ਸਾਹਮਣੇ ਆ ਚੁੱਕੀ ਹੈ। ਜੇ ਅਜਿਹੀ ਗੱਲ ਸੀ ਤਾਂ ਇਹ ਚਿੱਠੀ ਪਹਿਲਾਂ ਹੀ ਜਨਤਕ ਹੋ ਜਾਣੀ ਚਾਹੀਦੀ ਸੀ, ਜਿਸ ਦਿਨ ਆਈ ਸੀ ਉਸੇ ਦਿਨ ਵੀ ਇਸ ਚਿੱਠੀ ਨੂੰ ਜਿਹੜਾ ਹੈ ਜਨਤਕ ਕੀਤਾ ਜਾ ਸਕਦਾ ਸੀਗਾ, ਤਾਂ ਬਹੁਤ ਸਾਰੀਆਂ ਗੱਲਾਂ ਨੇ। ਹੁਣ ਲੱਗਦਾ ਕਿ ਜਿਸ ਤਰੀਕੇ ਨਾਲ ਸਰਕਾਰ ਦੇ ਕੇਂਦਰ ਦੇ ਵੱਲੋਂ ਚਿੱਠੀ ਆਈ ਗਈ ਹੈ, ਤਾਂ ਹੋ ਸਕਦਾ ਕਿ ਪੰਜਾਬ ਸਰਕਾਰ ਤੋਂ ਵੀ ਕੋਈ ਨਾ ਕੋਈ ਨੁਮਾਇੰਦਾ ਉਹਨਾਂ ਦਾ ਬਿਆਨ ਦਿੰਦਾ ਹੋਇਆ ਨਜ਼ਰ ਆਊਗਾ, ਕੋਈ ਗੱਲ ਰੱਖਦਾ ਹੋਇਆ ਨਜ਼ਰ ਆਊਗਾ, ਜਾਂ ਫਿਰ ਕੇਂਦਰ ਤੋਂ ਜੇ ਬੀਜੇਪੀ ਦੀ ਗੱਲ ਕਰ ਲਈ ਉਹਨਾਂ ਦੇ ਵੱਲੋਂ ਕੋਈ ਗੱਲ ਜਿਹੜੀ ਆ ਉਹ ਕਰਦਾ ਨਜ਼ਰ ਆਊਗਾ। ਹਾਲਾਂਕਿ ਹਰਜੀਤ ਗਰੇਵਾਲ ਦਾ ਸਟੇਟਮੈਂਟ ਤਾਂ ਜ਼ਰੂਰ ਆ ਗਈ ਹੈ ਇਸ ਇਸ਼ੂ ਦੇ ਉੱਤੇ, ਬੀਜੇਪੀ ਦਾ ਰਿਐਕਸ਼ਨ ਤਾਂ ਜ਼ਰੂਰ ਆ ਗਿਆ, ਪਰ ਹਾਇਰ ਅਥਾਰਟੀਜ਼ ਦੀ ਗੱਲ ਕਰ ਲਈਏ, ਸੁਨੀ ਜਾਖੜ ਉਹਨਾਂ ਦੀ ਗੱਲ ਕਰ ਲਈਏ, ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਦਾ ਕੀ ਇਸ ਦੇ ਉੱਤੇ ਵਰਜਨ ਆਉਂਦਾ, ਜਾਂ ਪੰਜਾਬ ਸਰਕਾਰ ਤੋਂ ਕੋਈ ਅਧਿਕਾਰਤ ਤੌਰ ਦੇ ਉੱਤੇ ਇਸ ਦੇ ਉੱਤੇ ਕੋਈ ਜਵਾਬ ਦਿੰਦਾ, ਉਹ ਅਜੇ ਉਡੀਕਣ ਦੀ ਗੱਲ ਰਹੂਗੀ। ਔਰ ਪਿਤਾ ਜੀ ਨੇ ਤਾਂ ਵੈਸੇ ਹੀ ਕਹਿ ਦਿੱਤਾ ਕਿ ਉਹਨਾਂ ਦੇ ਕੋਲ ਹਰ ਚੀਜ਼ ਜਿਹੜੀ ਹੈਗੀ ਉਹ ਬਕਾਇਦਾ ਲੀਗਲ ਤੌਰ ਦੇ ਉੱਤੇ ਡਾਕੂਮੈਂਟਸ ਦੇ ਨਾਲ ਸਮੇਤ ਪਈ ਹੋਈ ਹੈ, ਤੇ ਉਹ ਜਲਦ ਉਸਨੂੰ ਪੇਸ਼ ਵੀ ਕਰਨਗੇ। ਜੀ ਗਗਨ, ਉਹਨਾਂ ਦੇ ਕਰੀਬੀ ਜਿਹੜੇ ਆ ਫੈਮਿਲੀ ਮੈਂਬਰ ਹੀ ਆ, ਉਹਨਾਂ ਨਾਲ ਗੱਲ ਹੋਈ ਅੱਜ ਸਵੇਰੇ ਵੀ ਇਹ ਮਸਲਾ ਕੀ ਹੈ, ਤਾਂ ਉਹਨਾਂ ਨੇ ਕਿਹਾ ਦੇਖੋ ਇਕੱਲੀ ਇਕੱਲੀ ਚੀਜ਼ ਪੂਰਾ
ਟੈਕਨੀਕਲੀ ਸਾਊਂਡ ਹੋ ਕੇ ਚੱਲੇ ਆ, ਕਿਉਂਕਿ ਉਹ ਹੁਣ ਜਦੋਂ ਦਾ ਉਹਨਾਂ ਦਾ ਵਾਹ ਪਿਆ ਹੋਇਆ ਸਿੱਧੂ ਵਾਲੇ ਕੇਸ ਦੇ ਵਿੱਚ, ਤਾਂ ਉਹ ਇਕੱਲੀ ਇਕੱਲੀ ਚੀਜ਼ ਪਹਿਲਾਂ ਵਕੀਲਾਂ ਨਾਲ ਸਲਾਹ ਕਰਦੇ ਆ, ਉਸ ਤੋਂ ਬਾਅਦ ਅਗਲਾ ਕੋਈ ਵੀ ਕੰਮ ਕਰਨਾ ਹੁੰਦਾ ਜਾਂ ਕੋਈ ਐਕਸ਼ਨ ਜਾਂ ਕੁਝ ਬੋਲਣਾ ਵੀ ਹੁੰਦਾ, ਤਾਂ ਉਹ ਕਹਿੰਦੇ ਕਿ ਸਲਾਹ ਮਸ਼ਵਰਾ ਪੂਰਾ ਕਰਕੇ ਹੀ ਚੱਲਦੇ ਆ, ਕਿਉਂਕਿ ਹੁਣ ਉਹਨਾਂ ਨੇ ਵਿਚਾਰਿਆਂ ਨੇ ਧੱਕੇ ਹੀ ਨੇ ਖਾ ਲਏ ਆਪਦੇ ਪੁੱਤ ਨੂੰ ਇਨਸਾਫ਼ ਦਵਾਉਣ ਵਾਸਤੇ। ਉਹ ਇਕੱਲਾ ਇਕੱਲਾ ਜੋ ਵੀ ਸਟੈਪ ਚੱਕਣਾ ਸੀ, ਕਹਿੰਦੇ ਉਹਨਾਂ ਨੇ ਪੂਰੀ ਕਾਨੂੰਨ ਦੀ ਵੀ ਪਹਿਲਾਂ ਜਾਣਕਾਰੀ ਲਈ ਸੀ, ਇਸੇ ਕਰਕੇ ਇੰਡੀਆ ਤੋਂ ਨਹੀਂ ਕਰਾਇਆ ਉਹਨਾਂ ਨੇ, ਉਹਨਾਂ ਨੇ ਬਾਹਰੋਂ ਕਿਸੇ ਹੋਰ ਕੰਟਰੀ ਦੇ ਵਿੱਚੋਂ ਉਹਨਾਂ ਨੇ ਕਰਵਾਇਆ ਜਿਹੜਾ IVF ਜਿਹੜਾ ਕਨਸੀਵ ਕਰਵਾਇਆ। ਗਗਨ ਬਿਲਕੁਲ ਵਿਕਰਮ, ਤਾਂ ਜਿਵੇਂ ਆਪਾਂ ਜ਼ਿਕਰ ਵੀ ਕਰ ਰਹੇ ਸੀ ਕਿ ਜੋ ਡਾਕੂਮੈਂਟਸ ਹੈ ਉਹ ਜੇ ਬਾਹਰੋਂ ਮਮੂਨ ਜੀ ਗੱਲ ਹੈ, ਜੋ ਸਾਨੂੰ ਵੀ ਜਾਣਕਾਰੀ ਮਿਲ ਰਹੀ ਹੈ ਉਹੀ ਹੈ ਕਿ ਬਾਹਰਲੀ ਕੰਟਰੀ ਦੇ ਵਿੱਚੋਂ ਹੀ ਜੋ ਇਹ IVF ਦਾ ਟ੍ਰੀਟਮੈਂਟ ਉਹ ਕਰਵਾਇਆ ਗਿਆ, ਔਰ ਡਾਕੂਮੈਂਟਸ ਪਿਤਾ ਜੀ ਉਹਨਾਂ ਦੇ ਕੋਲ, ਮੂਸਾ ਦੇ ਪਿਤਾ ਜੀ ਉਹਨਾਂ ਦੇ ਕੋਲ ਸਾਰੇ ਹੋਣਗੇ, ਔਰ ਸਹੀ ਟਾਈਮ ਆਉਣ ਦੇ ਉੱਤੇ, ਸਹੀ ਸਮਾਂ ਆਉਣ ਦੇ ਉੱਤੇ ਉਹ ਜਲਦੀ ਇਹਨਾਂ ਨੂੰ ਸ਼ੋਅ ਕਰਦੇ ਹੋਏ ਵੀ ਨਜ਼ਰ ਆਉਣਗੇ। ਜੀ ਵਿਕਰਮ, ਔਰ ਇੱਕ ਛੋਟਾ ਜਿਹਾ ਅਖੀਰਲਾ ਸਵਾਲ ਇਹ ਵੀ ਹੈ ਗਗਨ, ਕਿ ਜਿਹੜੇ ਹਸਪੀਟਲ ਦੇ ਵਿੱਚ IVF ਹੋਇਆ ਉਹ ਵੀ ਕਹਿੰਦੇ ਤਕੜਾ ਹਸਪੀਟਲ ਆ, ਔਰ ਡਾਕਟਰਸ ਨੂੰ ਵੀ ਇਸ ਚੀਜ਼ ਦੀ ਤਾਂ ਜਾਣਕਾਰੀ ਹੋਊਗੀ ਨਾ ਕਿ ਹੋ ਸਕਦਾ ਹਸਪੀਟਲ ਬੰਦ ਹੋ ਸਕਦਾ, ਮੰਨ ਲਓ ਜੇ ਕੋਈ ਅਣਗਹਿਲੀ ਹੋਈ। ਰਜਨੀ ਜਿੰਦਲ ਡਾਕਟਰ ਨੇ ਵਿਕਰਮ, ਉਹਨਾਂ ਨੇ ਜਿਸ ਦਿਨ ਪ੍ਰੈਸ ਕਾਨਫਰੰਸ ਕੀਤੀ ਹੈ, ਜਿਸ ਦਿਨ ਬੱਚੇ ਨੇ ਜਨਮ ਦਿੱਤਾ, ਉਹਨਾਂ ਨੇ ਉਸੇ ਦਿਨ ਪਹਿਲੇ ਦਿਨ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ। ਸ਼ਾਇਦ ਸਾਡੇ ਵਿਊਅਰਸ ਨੇ ਜੇਕਰ ਉਹ ਧਿਆਨ ਨਾਲ ਨਹੀਂ ਸੁਣਿਆ ਹੋਵੇ, ਆਪਾਂ ਉਹ ਬਿਆਨ ਵੀ ਦੁਬਾਰਾ ਜ਼ਰੂਰ ਚਲਾਵਾਂਗੇ, ਜਿਸ ਦੇ ਵਿੱਚ ਉਹਨਾਂ ਦੀ ਪਹਿਲੀ ਗੱਲ ਹੀ ਇਹੀ ਕਹੀ ਸੀ ਉਹਨਾਂ ਨੇ ਕਿ IVF ਵਾਲਾ ਟ੍ਰੀਟਮੈਂਟ ਅਸੀਂ ਨਹੀਂ ਕੀਤਾ, ਅਸੀਂ ਸਿਰਫ ਡਿਲੀਵਰੀ ਕਰਵਾਉਣ ਦੇ ਵਿੱਚ ਹੈਲਪ ਕੀਤੀ ਹੈ। ਇਹ ਗੱਲ ਡਾਕਟਰ ਦਾ ਕਹਿਣਾ ਸੀਗਾ, ਇਹ ਰਜਨੀ ਉਹਨਾਂ ਦੀ ਜੇ ਤੁਸੀਂ ਸਟੇਟਮੈਂਟ ਦੁਬਾਰਾ ਸੁਣੋਗੇ ਤਾਂ ਉਹਦੇ ਵਿੱਚ ਡਾਕਟਰ ਰਜਨੀ ਉਹਨਾਂ ਦੀ ਇਹ ਸਟੇਟਮੈਂਟ ਸੀ ਕਿ ਅਸੀਂ ਟ੍ਰੀਟਮੈਂਟ ਨਹੀਂ ਕੀਤਾ, ਅਸੀਂ ਸਿਰਫ ਉਹਨਾਂ ਨੂੰ ਕੰਫਰਟ ਕੀਤਾ, ਅਸੀਂ ਉਹਨਾਂ ਦਾ ਇਹ ਪੂਰਾ ਜਿਹੜਾ ਡਿਲੀਵਰੀ ਪ੍ਰੋਸੈਸ ਹੈ ਉਸਦੇ ਵਿੱਚ ਕਰਵਾਉਣ ਦੇ ਵਿੱਚ ਉਹਨਾਂ ਨੂੰ ਹੈਲਪ ਕੀਤੀ ਹੈ। ਤਾਂ ਅਮੂਮਨ ਜੀ ਗੱਲ ਹੈ, ਜਿਸ ਤਰੀਕੇ ਨਾਲ ਜੇ ਇੰਡੀਆ ਦੇ ਵਿੱਚ ਇਹ ਐਕਟ ਹੈ 50 ਸਾਲ ਤੋਂ ਵੱਧ ਦੀ ਉਮਰ ਦੇ ਮਹਿਲਾ IVF ਨਹੀਂ ਕਰਾ ਸਕਦੇ, ਤਾਂ ਬਾਹਰੋਂ ਜੇ ਉਹ ਕਰਵਾ ਕੇ ਆਏ ਹੋਣਗੇ ਔਰ ਆ ਕੇ ਟ੍ਰੀਟਮੈਂਟ ਜਿਹੜਾ ਉਹਨਾਂ ਨੇ ਸਾਰਾ ਬਠਿੰਡਾ ਦੇ ਹਸਪਤਾਲ ਤੋਂ ਲਿੱਤਾ ਹੋਊਗਾ, ਤਾਂ ਉਸੇ ਦੇ ਵਿੱਚ ਹਸਪੀਟਲ ਨੇ ਜਿਹੜੀ ਹੈ ਉਹਨਾਂ ਦੀ ਮਦਦ ਕੀਤੀ ਹੈ। ਵਿਕਰਮ ਜੀ, ਠੀਕ ਹੈ ਗਗਨ, ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਮੇਰੇ ਸਹਿਯੋਗੀ ਗਗਨਦੀਪ ਸਿੰਘ ਜੋ ਕਿ ਪੂਰੀ ਜਾਣਕਾਰੀ ਦੇ ਰਹੇ ਸੀ, ਔਰ ਇਹ ਚਿੱਠੀ ਜਿਹੜੀ ਆ, ਕਿਉਂਕਿ ਰੌਲਾ ਬਹੁਤ ਪਿਆ ਹੋਇਆ ਸੀ ਇਸ ਚੀਜ਼ ਨੂੰ ਲੈ ਕੇ। ਸਿੱਧੂ ਮੂਸੇਵਾਲਾ ਦੇ ਪਿਤਾ ਜੀ ਦਾ ਬਿਆਨ ਕੀ ਸੀ ਉਹ ਵੀ ਇੱਕ ਵਾਰ ਤੁਹਾਨੂੰ ਸੁਣਾਉਂਦੇ ਹਾਂ, ਜਿਹੜਾ ਕੱਲ੍ਹ ਉਹਨਾਂ ਨੇ ਬਿਆਨ ਦਿੱਤਾ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਸਿੱਧੇ ਤੌਰ 'ਤੇ ਇਲਜ਼ਾਮ ਵੀ ਲਾਏ ਸਰਕਾਰਾਂ ਦੇ ਉੱਪਰ, ਔਰ ਉਸ ਤੋਂ ਬਾਅਦ ਸਿੱਧੇ ਤੌਰ 'ਤੇ ਹੁਣ ਇਹ ਚਿੱਠੀ ਵੀ ਨਿਕਲ ਕੇ ਸਾਹਮਣੇ ਆਈ ਹੈ ਜਿਹੜੀ ਕਿ ਕੇਂਦਰ ਸਰਕਾਰ ਨੇ ਰਿਪੋਰਟ ਮੰਗੀ ਹੈ, ਔਰ 27/2/23 ਨੂੰ ਅੰਗਰੇਜ਼ੀ ਅਖਬਾਰ ਦੇ ਵਿੱਚ ਆਰਟੀਕਲ ਛਪਿਆ ਸੀ, ਜਿਸ ਤੋਂ ਬਾਅਦ ਫਿਰ ਇਹ ਰਿਪੋਰਟ ਜਿਹੜੀ ਹੈ ਹੁਣ ਨਿਕਲ ਕੇ ਸਾਹਮਣੇ ਆਈ, ਕਿਉਂਕਿ ਉਹਨਾਂ ਨੇ ਆਰਟੀਕਲ ਦਾ ਹਵਾਲਾ ਦਿੱਤਾ, ਔਰ 14 ਮਾਰਚ ਨੂੰ ਇਹ ਚਿੱਠੀ ਹੈ ਇਹ ਕੱਢੀ ਗਈ ਸੀ, 14 ਮਾਰਚ ਨੂੰ ਇਹ ਚਿੱਠੀ ਦਿੱਲੀ ਤੋਂ ਭੇਜੀ ਗਈ ਹੈ ਪੰਜਾਬ ਸਰਕਾਰ ਨੂੰ ਬਕਾਇਦਾ ਤੌਰ 'ਤੇ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਰਿਪੋਰਟ ਮੰਗੀ ਹੈ, ਕਿਉਂਕਿ ਕੇਸ ਬਹੁਤ ਜ਼ਿਆਦਾ ਹਾਈਲਾਈਟ ਹੋ ਗਿਆ, ਨਹੀਂ ਤਾਂ ਹੋ ਸਕਦਾ ਹੋਰ ਬਹੁਤ ਸਾਰੇ ਇਹੋ ਜਿਹੇ ਕੇਸ ਹੁੰਦੇ ਹੋਣਗੇ, ਪਰ ਉਸ ਤੋਂ ਬਾਅਦ ਹੁਣ ਇਹ ਕੇਸ ਬਹੁਤ ਜ਼ਿਆਦਾ ਹਾਈਲਾਈਟ। ਇੱਕ ਤਾਂ ਸਿੱਧੂ ਮੂਸੇਵਾਲਾ ਨੂੰ ਰੱਬ ਨੇ ਨਾ ਹੀ ਇੰਨਾ ਬਖਸ਼ਿਆ ਸੀ, ਉਹਦੇ ਨਾਲ ਨਾਂ ਦੇ ਨਾਲ ਜਿਹੜਾ ਜਦੋਂ ਕਿਸੇ ਵੀ ਚੀਜ਼ ਦੇ ਨਾਲ ਸਿੱਧੂ ਜੁੜ ਜਾਂਦਾ ਤਾਂ ਉਹ ਚੀਜ਼ ਵੱਡੀ ਹੋ ਜਾਂਦੀ ਹੈ ਆਪਣੇ ਆਪ ਦੇ ਵਿੱਚ। ਤਾਂ ਸਿੱਧੂ ਮੂਸੇਵਾਲਾ ਦੇ ਮਾਤਾ ਜੀ ਸੀ ਹੋਸਪਿਟਲ ਦੇ ਵਿੱਚ ਭਰਤੀ, ਉਸਦੀ ਖਬਰ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਸ ਦਾ ਹਵਾਲਾ ਦਿੱਤਾ ਗਿਆ ਇਹਦੇ ਵਿੱਚ ਉਹਨਾਂ ਦੇ ਆਰਟੀਕਲ ਦਾ, ਔਰ ਉਸ ਤੋਂ ਬਾਅਦ ਫਿਰ ਇਹ ਰਿਪੋਰਟ ਮੰਗੀ ਗਈ ਹੈ। ਤਾਂ ਪ੍ਰਿੰਸੀਪਲ ਸੈਕਟਰੀ ਤੋਂ ਰਿਪੋਰਟ ਮੰਗੀ ਹੈ। ਸਿੱਧੂ ਦੇ ਪਿਤਾ ਜੀ ਦਾ ਬਿਆਨ ਸੁਣਾਉਂਦੇ ਹਾਂ ਜਿਹੜਾ ਕੱਲ੍ਹ ਉਹਨਾਂ ਨੇ ਬਿਆਨ ਦਿੱਤਾ ਸੀ, ਔਰ ਜਦੋਂ ਉਹਨਾਂ ਨੂੰ ਇਸ ਚਿੱਠੀ ਦਾ ਪਤਾ ਲੱਗਿਆ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਮਹਿਸੂਸ ਹੋ ਰਿਹਾ। ਕੱਲ੍ਹ ਸਿੱਧੂ ਦਾ ਦੇ ਪਿਤਾ ਜੀ ਦਾ ਜਿਹੜਾ ਬਿਆਨ ਆਇਆ ਸੀ ਉਹ ਸੁਣਾਉਂਦੇ ਤੁਹਾਨੂੰ। ਸਮੂਹ ਪੰਜਾਬੀਆਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਤੁਹਾਡੇ ਸਾਹਮਣੇ ਖੂਨ ਦਾ ਮੇਰਾ ਇੱਕੋ ਹੀ ਕਾਰਨ ਹੈ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ
ਵੀ ਦੋ ਦਿਨ ਪਹਿਲਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਬੇਨਤੀਆਂ ਜੋਧੜੀਆਂ ਦੇ ਸਦਕਾ ਵਾਹਿਗੁਰੂ ਅਕਾਲ ਪੁਰਖ ਨੇ ਆਪਣੇ 'ਤੇ ਮਿਹਰ ਕੀਤੀ, ਆਪਾਂ ਨੂੰ ਸ਼ੁਭ ਦੀਪ ਵਾਪਸ ਕੀਤਾ। ਪਰੰਤੂ ਅੱਜ ਸਵੇਰ ਤੋਂ ਮਨ ਬੜਾ ਪਰੇਸ਼ਾਨ ਸੀ, ਸੋਚਿਆ ਤੁਹਾਨੂੰ ਵੀ ਸਾਰੀ ਇਸ ਗੱਲਬਾਤ ਦਾ ਪਤਾ ਹੋਣਾ ਚਾਹੀਦਾ ਕਿ ਪ੍ਰਸ਼ਾਸਨ ਸਵੇਰ ਤੋਂ ਮੈਨੂੰ ਪਰੇਸ਼ਾਨ ਕਰ ਰਿਹਾ ਇਸ ਗੱਲ ਲਈ ਵੀ ਤੁਸੀਂ ਆਪਣੇ ਇਸ ਬੱਚੇ ਦੇ ਸਾਨੂੰ ਡਾਕੂਮੈਂਟ ਪੇਸ਼ ਕਰੋ, ਇਸ ਬੱਚੇ ਨੂੰ ਲੀਗਲ ਸਾਬਤ ਕਰਨ ਲਈ ਮੈਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਪੁੱਛੇ ਜਾ ਸਕਣ। ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ, ਖਾਸ ਕਰਕੇ ਸੀ ਐੱਮ ਸਾਹਿਬ ਨੂੰ, ਵੀ ਕਿਰਪਾ ਕਰਕੇ ਤੁਸੀਂ ਇਸ ਗੱਲ 'ਤੇ ਤਾਂ ਥੋੜ੍ਹਾ ਜਿਹਾ ਤਰਸ ਖਾਓ ਵੀ ਇਹ ਟ੍ਰੀਟਮੈਂਟ ਤਾਂ ਪੂਰਾ ਹੋ ਲੈਣ ਦਿਓ। ਮੈਂ ਇੱਥੋਂ ਦਾ ਰਹਿਣ ਵਾਲਾ, ਮੈਂ ਇੱਥੇ ਹੀ ਰਹੂੰਗਾ, ਜਿੱਥੇ ਤੁਸੀਂ ਮੈਨੂੰ ਬੁਲਾਓਗੇ ਮੈਂ ਤਲਬ ਕਰੂੰਗੇ, ਮੈਂ ਹਰ ਜਗ੍ਹਾ 'ਤੇ ਪਹੁੰਚੂੰਗਾ।